हाँ जी, वीपा कौर जी बोल रहे हैं? हाँ जी, हाँ जी, हाँ मैं अंकुश बोल रहा हूँ, वर्ल्ड पंजाबी टीवी तो। किसको बोल रही? वर्ल्ड पंजाबी टीवी तो जी। अच्छा मैम, आज प्रेस कॉन्फ्रेंस की गई थी ना चंडीगढ़ विखे तुहाडे वल्लों। हाँ जी। तो उस मैडम गल की जाए, एक विवादित बयान की गल चल रही है, जिस तरह तुसी अर्जुन देव जी नाल, गुरु अर्जुन देव जी नाल तुलना की है राम रहीम जी की, अपने आप जिहड़ा हैगा विवादित बयान हैगा, जिहड़ा सिख संगतां दा मन नूं ठेस पहुंचाउण वाला बयान है जी। ਵੀਰ ਅਸੀਂ ਕੋਈ ਐਗਜ਼ਾਮਪਲ ਨਹੀਂ ਦਿੱਤੀ, ਇਹ ਤਾਂ ਸਿਰਫ ਕੋਈ ਅਸੀਂ ਬਰਾਬਰੀ ਨਹੀਂ ਕਰਕੇ ਨਹੀਂ ਇਹ ਕਿਹਾ ਵੀ ਉਹ ਬਰਾਬਰ ਹੈ ਤੇ ਉਹ ਘੱਟ ਹੈ ਉਹ ਵੱਧ ਹੈ। ਅਸੀਂ ਸਿਰਫ ਇਹ ਗੱਲ ਕਹੀ ਸੀ ਵੀ ਸੰਤ ਜਿਹੜੇ ਸੰਤ ਪੀਰ ਅਵਤਾਰ ਹੁੰਦੇ ਆ ਸਾਡੇ ਸਮੇਂ ਦੇ, ਜਿਹੜੇ ਸੰਤ ਸਮਾਜ ਧਾਰਕ ਹੁੰਦੇ ਆ, ਉਹਨਾਂ ਨਾਲ ਸਾਜਿਸ਼ਾਂ ਹੁੰਦੀਆਂ ਹੀ ਹੈ। ਰਾਮ ਰਹੀਮ ਜਿਹੜੇ ਸੈਕਸ਼ਨ ਨੇ ਉਹਨਾਂ ਬਾਰੇ ਤੁਹਾਡੀਆਂ ਜਿਹੜੀਆਂ ਹੈਗੀਆਂ ਪਰਸਨਲ ਫੀਲਿੰਗਸ ਨੇ, ਉਹਨਾਂ ਨਾਲ ਜੁੜੀਆਂ ਨੇ ਸਾਰਿਆਂ ਦੀਆਂ, ਜਿਹੜੇ ਤੁਹਾਡੀ ਸੰਗਤ ਡੇਰਾ ਪ੍ਰੇਮੀ ਹੈਗੇ ਨੇ, ਉਹਨਾਂ ਦਾ ਅਸੀਂ ਜਿਹੜਾ ਹੈਗਾ ਸਨਮਾਨ ਕਰਦੇ ਹਾਂ। ਲੇਕਿਨ ਗੁਰੂ ਅਰਜੁਨ ਦੇਵ ਜੀ ਨਾਲ ਤੁਲਨਾ ਕਰ ਦੇਣਾ ਹੁਣ, ਕਿਉਂਕਿ ਬਲਾਤਕਾਰ ਦੇ ਆਰੋਪ ਸਾਬਿਤ ਹੋਏ ਨੇ, ਬਲਾਤਕਾਰ ਦੇ ਆਰੋਪ ਸਾਬਿਤ ਹੋਏ ਨੇ ਰਾਮ ਰਹੀਮ ਤੇ ਉਹਨਾਂ ਨਾਲ ਤੁਸੀਂ ਤੁਲਨਾ ਕਿਸੇ ਨਾ ਕਿਸੇ ਸਿੱਧੇ ਤੌਰ ਤੇ ਕੀਤੀ ਹੈ ਕਿ ਜਿਸ ਤਰ੍ਹਾਂ ਗੁਰੂ ਅਰਜੁਨ ਦੇਵ ਜੀ ਤੇ ਸਾਜਿਸ਼ ਹੋਈ ਸੀ ਉਸੇ ਤਰ੍ਹਾਂ ਰਾਮ ਰਹੀਮ ਨਾਲ ਸਾਜਿਸ਼ ਹੋਈ ਹੈ, ਇਹ ਕਿਹਾ ਹੈ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ? ਉਹਨਾਂ ਨੇ ਪੁੱਛਿਆ ਜੀ, ਉਹਨਾਂ ਨੇ ਸਾਨੂੰ ਸਵਾਲ ਪੁੱਛਿਆ ਸੀ ਜੀ। ਮੈਂ ਕਿਹਾ ਪਹਿਲੇ ਜਿਵੇਂ ਤੀਰ ਅਵਤਾਰਾਂ ਨਾਲ ਵੀ ਤਾਂ ਸੰਤ ਜੋ ਸਮਾਜ ਧਾਰਕ ਹੁੰਦੇ ਆ ਹਮੇਸ਼ਾ ਉਹਨਾਂ ਨਾਲ ਸਾਜਿਸ਼ ਹੋ ਜਾਂਦੀ ਹੈ। ਉਹ ਕਹਿੰਦੇ ਵੀ ਕਿਹੜੇ ਤੀਰ ਅਵਤਾਰ ਨਾਲ ਹੋਈ ਹੈ? ਮੈਂ ਕਿਹਾ ਵੀ ਐਂ ਤਾਂ ਫਿਰ ਗੁਰੂ ਅਰਜਨ ਵੀ ਤਾਂ ਪੱਤੀਆਂ ਤਵੀਆਂ ਤੇ ਬਿਠਾਇਆ ਗਿਆ, ਸਾਜਿਸ਼ ਹੀ ਕੀਤੀ ਕਿਸੇ ਨੇ, ਵੀ ਖੁਦ ਉਹਨਾਂ ਦੇ ਆਪ ਹੀ ਗੁਰੂਆਂ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜਿਸ ਤਰ੍ਹਾਂ ਜਿਨ੍ਹਾਂ ਨੇ ਸਾਜਿਸ਼ ਕੀਤੀ ਹੈ, ਉਹਨਾਂ ਨੇ ਹੀ ਰਾਮ ਰਹੀਮ ਨਾਲ ਸਾਜਿਸ਼ ਕੀਤੀ ਹੈ, ਉੱਥੇ ਵੀ ਤੁਸੀਂ ਕਿਹਾ ਦੋਨੋਂ ਗੁਰੂਆਂ ਨਾਲ, ਤਾਂ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਵੀ ਤੁਲਨਾ? ਸਾਡੇ ਤਾਂ ਗੁਰੂ ਹੈ ਜੀ, ਅਸੀਂ ਤਾਂ ਉਹਨਾਂ ਨੂੰ ਗੁਰੂ ਹੀ ਕਵਾਂਗੇ। ਉਹ ਤਾਂ ਠੀਕ ਹੈ ਨਾ, ਲੇਕਿਨ ਮੈਡਮ ਗੁਰੂ ਗ੍ਰੰਥ ਸਾਹਿਬ ਨਾਲ ਤੁਲਨਾ ਕਰ ਦੇਣਾ, ਗੁਰੂ ਅਰਜੁਨ ਦੇਵ ਜੀ ਨਾਲ ਸਿੱਧੇ ਤੌਰ ਤੇ ਤੁਲਨਾ ਕਰ ਦੇਣਾ, ਕਿਤੇ ਨਾ ਕਿਤੇ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ ਇਸ ਦੇ ਨਾਲ। ਕੋਈ ਮਾਹੌਲ ਖਰਾਬ ਨੀ ਹੁੰਦਾ ਜੀ, ਦੇਖੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦਇਆ ਜਿਹੜੀ ਕੀਤੀ, ਉਹ ਲੋਕ ਤਾਂ ਨੰਗੇ ਸ਼ਰੇਆਮ ਘੁੰਮ ਰਹੇ ਆ, ਉਹਨਾਂ ਨੂੰ ਤਾਂ ਕੋਈ ਕੁਛ ਕਹਿ ਨੀ ਰਿਹਾ, ਅਸੀਂ ਤਾਂ ਸਿਰਫ ਇੱਕ ਗੱਲ ਹੀ ਰੱਖਦੇ ਆ ਨਾ। ਔਰ ਮੈਮ ਵੈਸੇ ਤੁਸੀਂ ਸਿੱਧੇ ਤੌਰ ਤੇ ਅੱਜ ਪ੍ਰੈਸ ਕਾਨਫਰੰਸ ਚ ਜਿਨ੍ਹਾਂ ਨੇ ਨਾਲੀਆਂ ਚ ਸੁਖਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਤਾਂ ਉਹਨਾਂ ਦੇ ਹੱਕ ਚ ਖੜੇ ਹੁੰਦੇ ਆ ਭਾਈ, ਵੀ ਜਿਨ੍ਹਾਂ ਨੇ ਕੀਤੀ ਹੈ ਬਿਆਦ ਵੀ ਉਹਨਾਂ ਨੂੰ ਸਜ਼ਾ ਦੇ ਦਿਓ, ਸਾਡੀ ਸਾਰੀ ਸੰਗਤ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਲੇਕਿਨ ਤੁਸੀਂ ਮੈਨੂੰ ਅੱਜ ਨਾਮ ਨੀ ਲਿਆ ਸਿੱਧੇ ਤੌਰ ਤੇ, ਤੁਸੀਂ ਕਿਹਾ ਕਿ ਜਿਨ੍ਹਾਂ ਨੇ ਬੇਅਦਬੀ ਕਰਵਾਈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ਼ ਸਾਜਿਸ਼ ਰਚੀ, ਉਹਨਾਂ ਨੇ ਰਾਮ ਰਹੀਮ ਦੇ ਖਿਲਾਫ਼ ਰਚੀ, ਤੇ ਉਹਨਾਂ ਦਾ ਨਾਮ ਕਿਉਂ ਨੀ ਲਿਆ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ? ਨਹੀਂ, ਨਾਮ ਤਾਂ ਅਸੀਂ ਤਾਂ ਇਹ ਕਹਿੰਦੇ ਵੀ ਸਾਡੇ ਗੁਰੂ ਜੀ ਨਾਲ ਵੀ ਸਾਜਿਸ਼ ਹੋਈ ਹੈ, ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਵੀ ਸਾਜਿਸ਼ ਨੇ ਕਹਿੰਦੇ। ਤੁਸੀਂ ਕਿਹਾ ਕਿ ਉਹਨਾਂ ਨੇ ਹੀ ਕੀਤੀ ਹੈ, ਇੱਕੋ ਹੀ ਹੈਗੇ ਨੇ ਉਹ ਜਿਨ੍ਹਾਂ ਨੇ ਸਾਜਿਸ਼ ਕੀਤੀ ਹੈ, ਤੇ ਉਹ ਕਿਹਨਾਂ ਦਾ ਵੱਲ ਇਸ਼ਾਰਾ ਹੈ ਤੁਹਾਡਾ? ਜਿਹੜੇ ਇਹਨਾਂ ਦੇ ਸਾਜਿਸ਼ ਹੋਈ ਕਾਰੀ ਲੋਕ ਹੁੰਦੇ ਆ ਉਹ ਇੱਕੋ ਹੀ ਹੁੰਦੇ ਆ ਜੀ, ਕੋਈ ਬਹੁਤੇ ਨਹੀਂ, ਇੱਕੋ ਜੀ ਸੋਚਦੇ ਮਾਲਕ ਹੁੰਦੇ ਆ। ਲੇਕਿਨ ਮੈਂ ਪੂਰੇ ਕੰਫੀਡੈਂਸ ਨਾਲ ਕਹਿ ਰਹੇ ਹੋ ਨਾ, ਇੱਕੋ ਹੀ ਹੈਗੇ ਆ ਉਹ, ਸੋਚਦੇ ਮਾਲਕ ਹੀ ਹੁੰਦੇ ਆ ਜੀ ਉਹ ਅਕਾਲੀ ਆਗੂ ਨੇ, ਗੁਰਕੀਰਤ ਕੋਟਲੀ ਕਾਂਗਰਸੀ ਆਗੂ ਨੇ, ਮਨਜਿੰਦਰ ਸਿੰਘ ਸਿਰਸਾ ਡੀ ਐਸ ਸੀ ਐਮ ਸੀ ਦੇ ਹੁਣ ਜਿਹੜੇ ਪ੍ਰਧਾਨ ਰਹੇ ਨੇ, ਤੇ ਤਮਾਮ ਸਾਰੇ ਸ਼ਖਸਾਂ ਦਾ ਕਹਿਣਾ ਹੈਗਾ ਕਿ ਤੁਹਾਡੇ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈਗਾ, ਕਿ ਤੁਸੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਆਨ ਦੇ ਕੇ। ਪਹਿਲਾਂ ਐਂ ਥੋੜੀ ਹੈ ਜੀ, ਕਿਸੇ ਨੇ ਗੱਲ ਕਹਿ ਦਿੱਤਾ ਸਾਡਾ ਬਿਆਨ ਦੇਖ ਲਓ ਵੀ ਸਾਡਾ ਕੀ ਹੈ।